इब्तदा है रब्बे जलील के बाबरकत नाम से, जो दिलों के बेत खूब जानता है, जो तेरी मेरी शाहरग से भी करीब है। अदब इंसान का जेवर है, सबसे बेहतर लुकमा वो है जो अपनी मेहनत से हासिल किया जाए। अस्सलामु अलैकुम दोस्तों, तुसी वेख रहे जी उकाड़ा एनिमल टीवी ते मैं तुहाडा दोस्त राय साकिब अली। अज भरावां दी खिदमत दे विच दो मज्जां दी वीडियो लैके हाजिर होए हां, दोवें दूजणा ने। ਅਤੇ ਸਾਡੀ ਲੋਕੇਸ਼ਨ ਹੈਗੀ ਹੈ ਤਹਿਸੀਲ ਵਜ਼ੀਲਾ ਸਾਹੀਵਾਲ ਨੂਰ ਸ਼ਾਹ ਦਾ ਇਲਾਕਾ ਹੈ, ਜਿਹੜੇ ਕਿ ਇਸ ਇਲਾਕੇ ਦੇ ਪਿੰਡ ਖਾਨ ਕਮਾਲ ਦੁੱਲੇ ਵਾਲਾ ਜਿਹੜੇ ਨੇ ਮੱਝਾਂ ਦੇ ਹੱਕ 'ਚ ਮੰਨੇ ਜਾਂਦੇ ਨੇ। ਅਤੇ ਇਨਸ਼ਾਅੱਲਾ ਤਾਲਾ ਇਹਨਾਂ ਨੂੰ ਜਨਾਬ ਅੱਡਾ ਗੈਂਬਰ ਅਟੈਚ ਹੁੰਦਾ, ਅੱਡੇ ਗੈਂਬਰ ਤੋਂ 10 ਕਿਲੋਮੀਟਰ ਉੱਤੇ ਹੀ ਭਾਈ ਨਦੀਮ ਦਾ ਡੇਰਾ ਹੈ, ਬਿਲਕੁਲ ਮੇਨ ਰੋਡ ਦੇ ਉੱਪਰ ਹੀ। ਅਤੇ ਜਾਨਵਰ ਮਾਸ਼ਾਅੱਲਾ ਦੋਵੇਂ ਬੜੇ ਕਮਾਲ ਦੇ ਨੇ। ਸਾਡਾ ਰਾਬਤਾ ਨੰਬਰ ਹੈਗਾ ਜੀ 0300 45 76 252 ਇਹ ਵਟਸਐਪ ਨੰਬਰ ਜੇ, ਇਹ ਲੋਕਲ ਨੰਬਰ ਜੇ। ਅਤੇ ਭਰਾਵਾਂ ਲਈ ਇਨਸ਼ਾਅੱਲਾ ਤਾਲਾ ਜਿਹੜਾ ਨਾ ਮਿਹਨਤ ਕਰਕੇ ਜਾਨਵਰ ਲੱਭੀਂਦੇ ਨੇ। ਬਕਾਇਆ ਕੈਮਰਾਮੈਨ ਸਾਹਿਬ ਵਹਾਓ ਝੋਟੀ, ਮਾਸ਼ਾਅੱਲਾ ਝੋਟੀ ਦੀ ਖੂਬਸੂਰਤੀ ਲਾਮ ਸ਼ਾਮ ਕੈਮਰੇ 'ਚ ਵਾਧਿਆ ਤੁਸੀਂ ਚੈੱਕ ਕਰ ਰਹੇ ਜੇ। ਅਤੇ ਸਾਡੇ ਇਲਾਕੇ ਦੇ ਜਾਨਵਰ ਜਿਹੜੇ ਨੇ ਨਾ ਇਨਸ਼ਾਅੱਲਾ ਤਾਲਾ ਨੂਰ ਸ਼ਾਹ ਦੇ ਇਲਾਕੇ ਦੇ ਪੂਰੇ ਪਾਕਿਸਤਾਨ 'ਚ ਮੰਨੇ ਜਾਂਦੇ ਨੇ। ਕਿਆ ਹੀ ਮਾਸ਼ਾਅੱਲਾ ਕਹਿਣੇ ਨੇ, ਖੂਬਸੂਰਤ ਝੋਟੀ, ਸੋਹਣਾ ਆਰਡਰ ਕੁਆਲਿਟੀ ਹੈ, ਲਿਬਾਸ ਸੋਹਣਾ, ਥਣਾਂ ਦੀ ਵੰਡ ਸੋਹਣੀ। ਬਕਾਇਆ ਇਨਸ਼ਾਅੱਲਾ ਤਾਲਾ ਵਹਾਉਣ ਵਾਲੀ ਭਰਾਵਾਂ ਨੂੰ ਤਸੱਲੀ, ਭਾਈ ਨਦੀਮ ਕੋਲੋਂ ਪੁੱਛਾਂਗੇ ਵੀ ਕਿੰਨਵਾਂ ਵਾਰਾ ਡਿਲੀਵਰ ਕੀਤਾ। ਅੱਗੋਂ ਬਿਲਕੁਲ ਬਰੀਕ ਜਨਾਬ ਛੋਟੀ ਜਿਹੀ ਬੁੱਥੀ ਹੈ, ਬਰੀਕ ਲੰਮੀ ਗਰਦਨ, ਪਿੱਛੋਂ ਬਹੁਤ ਚੌੜੀ ਹੈ, ਥਣਾਂ ਦੀ ਮਾਸ਼ਾਅੱਲਾ ਵੰਡ ਬਹੁਤ ਸੋਹਣੀ ਹੈ ਜਨਾਬ, ਪੂਰੇ ਫੁੱਟ ਫੁੱਟ 'ਤੇ ਕਹਿ ਲਓ, ਡੇਢ ਡੇਢ ਫੁੱਟ 'ਤੇ। ਭਾਈ ਨਦੀਮ ਆਪਣਾ ਅਜ਼ਰ ਬਾਈ, ਸਲਾਮ ਅਲੈਕਮ। ਵਾਲੇਕਮ ਸਲਾਮ ਜੀ। ਮੈਂ ਇਹਨੂੰ ਯਾਰ ਮਾੜਾ ਛੱਡ ਕੇ ਟੂਰ ਕੇ ਵਹਾਉਣਾ, ਅਤੇ ਮਾਸ਼ਾਅੱਲਾ ਹਰ ਚੀਜ਼ ਵਿੱਚ ਕੈਮਰੇ ਦੇ ਵਾਧ ਆ ਬਿਲਕੁਲ ਜੀ। ਜਿਵੇਂ ਕਹਿੰਦੇ ਨੇ ਨਾ, ਸਾਰ ਦੇ ਰੋਡੇ ਵਿੱਚ ਆ ਸੀ ਉਹ ਹਿਸਾਬ ਕਿਤਾਬ ਏ। ਇਨਸ਼ਾਅੱਲਾ ਤਾਲਾ ਨਸਲ ਜ਼ਾਤ ਬੜੀ ਝੋਟੀ ਦੀ ਅੱਲ ਹੈ। ਬਕਾਇਆ ਵਹਾਉਣ ਵਾਲੀਆਂ ਭਰਾਵਾਂ ਨੂੰ ਤਸੱਲੀਆਂ, ਇਹ ਚੀਜ਼ਾਂ ਹੁੰਦੀਆਂ ਨੇ ਜਨਾਬ। ਆਪਦੇ ਵੱਲੋਂ ਕੋਸ਼ਿਸ਼ ਇਹੀ ਕਰੀਦੀ ਕਿ ਜਾਨਵਰ ਦੀ ਜਿਹੜੀ ਨਾ ਮੁਕੰਮਲ ਹਰ ਚੀਜ਼ ਵਿੱਚ ਵਾਧਿਆ ਚੈੱਕ ਕਰਾਇਆ ਜਾਏ। ਸੋਹਣੇ ਥਣ ਨੇ ਪੂਰੇ ਰੁਗ ਰੁਗ ਦੇ, ਅਤੇ ਸੋਹਣਾ ਮਾਸ਼ਾਅੱਲਾ ਜਾਨਵਰ ਜਿੰਨਾ ਕੁ ਵੀ ਹੈਗਾ। ਹਾਂਜੀ, ਛੱਡੋ ਮਾੜਾ ਜਿਹਾ ਛੱਡ ਕੇ ਟੁਰਨ ਫਿਰਨ ਵੀ ਵਹਾਉਣਾ, ਬਿਲਕੁਲ ਛੋਟੇ ਛੋਟੇ ਸਿੰਘ ਨੇ, ਲਾਮ ਸ਼ਾਮ ਸੋਹਣੀ, ਸੋਹਣਾ ਲਿਬਾਸ, ਟੁਰਨ ਫਿਰਨ ਵੀ ਮੇਰੇ ਭਰਾ ਚੈੱਕ ਕਰ ਲੈਣ ਝੋਟੀ ਦਾ, ਸੋਹਣਾ ਟੁਰਨ ਫਿਰਨ ਹੈ ਜੀ। ਭਾਈ ਨਦੀਮ ਕਿੰਨੇ ਕੁ ਦਿਨ ਹੋ ਗਏ ਨੇ ਸੂਈ ਨੂੰ? ਤੀਸਰਾ ਦਿਨ ਜਨਾਬ ਸੂਈ ਨੂੰ ਹੈ, ਯਾਨੀ ਕਿ ਬੌਲੇ 'ਚ ਹੀ ਹੈ। ਹਾਂਜੀ, ਬਕਾਇਆ ਜਨਾਬ ਵਹਾਉਣ ਵਾਲੀਆਂ ਤਸੱਲੀਆਂ ਭਰਾਵਾਂ ਨੂੰ ਇਨਸ਼ਾਅੱਲਾ ਤਾਲਾ। ਭਾਈ ਨਦੀਮ, ਭਾਈ ਮਜ਼ਰ ਨੇ ਗੱਲ, ਮਜ਼ਰ ਨੇ ਕਰਨੀ। ਹਾਂਜੀ ਹਾਂਜੀ ਭਾਈ ਮਜ਼ਰ। ਹਾਂਜੀ ਭਾਈ, ਕਿਹੜੇ ਇਲਾਕੇ ਦੀ? ਨੂਰ ਸ਼ਾਹ ਦੇ ਇਲਾਕੇ ਦੀ, ਰਾਵੀ ਦੇ ਇਲਾਕੇ ਦੀ ਜਨਾਬ ਝੋਟੀ। ਇਨਸ਼ਾਅੱਲਾ ਤਾਲਾ ਵਹਾਉਣ ਵਾਲੀ ਭਰਾਵਾਂ ਨੂੰ ਤਸੱਲੀ ਹਰ ਚੀਜ਼ ਦੀ। ਵੇਖੋ ਜੀ ਸੋਹਣਾ ਲਿਬਾਸ ਹੈ, ਪੂਰੀਆਂ ਹੀ ਪੰਡਾਂ ਸੋਹਣੀਆਂ, ਮਾਸ਼ਾਅੱਲਾ ਥਣਾਂ ਦੀਆਂ ਵੰਡਾਂ ਛੰਡਾਂ। ਸਿਰ 'ਚ ਬਿਲਕੁਲ ਸਫੈਦ ਫੁੱਲੀ, ਬਕਾਇਆ ਸੋਹਣਾ ਸਿੰਘ ਲੱਗੇ ਨੇ ਸੋਹਣੇ, ਥਣਾਂ ਦੀ ਜਨਾਬ ਵਿਰਲ ਸ਼ਿਰਲ ਵੀ ਸੋਹਣੀ ਹੈ, ਬਿਲਕੁਲ ਸੋਹਣੇ ਆਪੋ ਆਪ ਵਿਰਲਾਂ ਦੇ ਵਿੱਚ ਥਣ ਨੇ। ਭਾਈ ਨਦੀਮ ਲੈ ਆ ਬੰਨੇ ਨੇ ਇਹਨੂੰ। ਹਾਂਜੀ ਭਾਈ ਜਾਨ, ਮਾਸ਼ਾਅੱਲਾ ਹਰ ਚੀਜ਼ ਵਿੱਚ ਕੈਮਰੇ ਦੇ ਵਾਧਿਆ, ਥੱਲੇ ਜੀ ਇਹ ਕੱਟਾ ਇਹਦੇ। ਅਤੇ ਭਾਈ ਮਜ਼ਰ ਆ ਜਾਓ ਨਾਲੋਂ ਨਾਲ ਹੀ, ਆਪਾਂ ਰੇਟ ਸ਼ੇਟ ਦੀ ਜਿਹੜੀ ਵੀ ਗੱਲਬਾਤ ਹੈ ਨਾ,
ਦੱਸੋ ਆ ਕੇ ਕੀ ਹਿਸਾਬ ਕਿਤਾਬ ਹੈ। ਰੇਟ ਤਾਂ ਜੀ 3 ਲੱਖ ਮੰਗਦੇ ਪਏ ਆ ਤੇਰੇ ਵਾਸਤੇ ਜੀ 280 ਜੀ। ਇੱਧਰ ਨਾਲ ਹੋ ਕੇ ਦੱਸੋ, ਇੱਧਰ ਵਿੱਚ ਆ ਜਾਓ, ਨਾਲ ਖੜੇ ਹੋਵੋ। ਅੱਛਾ ਕੀ ਆਖਿਆ ਜੇ, ਕਿੰਨਾ ਮੰਗਦੇ ਜੇ? ਇਹ ਜੀ 3 ਲੱਖ ਮੰਗਣੇ ਆ ਅੱਜ, ਬਲਕਿ ਤੇਰੇ ਰਾਜ ਸਾਹਿਬ ਤੇਰੇ ਵਾਸਤੇ 1-280 ਦੀ। 280 ਦੀ? ਹਾਂਜੀ। ਅਸਲਾਮ ਵਾਲੇਕੁਮ ਯਾਰ, 2,80,000 ਰੁਪਇਆ ਬਹੁਤ ਹੈ। ਜਿੰਨੇ ਵੀ ਆਪਾਂ ਫਾਈਨਲ ਦੇਣੀ ਨਾ, ਉਹ ਆਵਾਜ਼ ਦਿਓ ਵੀ ਜਿੰਨੇ ਵੀ ਫਾਈਨਲ ਹੋ ਜਾਏ ਜੀ। ਯਾਰ ਫਾਈਨਲ ਤੇ ਹੀ ਹੈ ਵੀ ਤੇਰੀ ਦੀਦੀ ਦਾ ਅੱਗੇ ਬੜੀ ਕਰਕੇ 20,000 ਚਾਹੀਦਾ, 5,000 ਉਹ ਨਾ ਦੇ 75 ਵਿੱਚ ਜਮਾ ਜਾਂਦਾ। 2,75 'ਚ? ਅੱਛਾ ਦੁੱਧ ਦੋ ਟਾਈਮਾਂ ਦਾ ਕਿੰਨਾ ਆਵਾਜ਼ ਦਿਓ? 12 ਕਿਲੋ ਹੋਵੇਗਾ ਜੀ ਦੋਵਾਂ ਟਾਈਮਾਂ ਦਾ। ਵੀ ਕੱਚੀ ਹੈ ਜੀ, 12 ਕਿਲੋ ਪਰਸੂਸ ਹੋਈ ਹੈ ਖਣਾ ਛਣਾ ਦੀ। ਅੱਲਾਹ ਦੇ ਹੁਕਮ ਨੇ ਚੋਹ ਲੈਣੀਆਂ, ਤਸਲੀਆਂ ਕਰ ਲੈਣੀਆਂ, ਕੋਈ ਗੋਲਾ ਨਹੀਂ ਜੀ। ਚਲੋ ਠੀਕ ਹੋ ਗਿਆ ਜੀ, ਇਹ ਟਾਈਮ ਚੋਹ ਲੈਣੀ, ਦੋ ਟਾਈਮ ਚੋਹ ਲੈਣੀ। ਇਹ ਭਾਈ ਮਦਰ ਕੋਲੇ ਪਹਿਲੇ ਨੰਬਰ ਤੇ ਜਾਨਵਰ ਹੈ ਜਨਾਬ ਝੋਟੀ, 2,80,000 ਰੁਪਇਆ ਡਿਮਾਂਡ ਕੀਤੀ ਤੇ ਕਹਿੰਦੇ ਨੇ 2,75,000 ਦੇ ਵਿੱਚ ਫਾਈਨਲ ਹੋਵੇਗੀ। ਦੂਸਰੇ ਨੰਬਰ ਤੇ ਝੋਟੀ, ਮਾਸ਼ਾਅੱਲਾ ਇਹ ਵੀ ਬੜੀ ਖੂਬਸੂਰਤ ਝੋਟੀ ਹੈ ਜੀ, ਵਹਾਣ ਵਾਲੀ ਤਸੱਲੀ ਇਨਸ਼ਾਅੱਲਾ ਤਾਲਾ। ਜਟਕੀ ਜੀ, ਮੈਂ ਇਹਨੂੰ ਠੱਲੇ ਨਾ ਮਾੜਾ ਜਾ ਨਦੀਮ। ਜਟਕੀ ਜਨਾਬ ਜਿਹੜੇ ਨਾ ਸਾਡੇ ਲੋਕ ਅੱਗੋਂ ਤਾਂ ਭਰਾ ਹੋ ਜਾ ਪਾਊ। ਜਾਂਗਲੀ ਜਿਹੜੇ ਜਟਕੇ ਬੰਦੇ ਨਾ ਕੰਨ ਕਤਰ ਦਿੰਦੇ ਨੇ, ਦੋਵਾਂ ਕੰਨਾਂ ਦਾ ਡਿਜ਼ਾਇਨ ਬਣਿਆ ਹੋਇਆ ਜੀ, ਬੁੱਚੀ ਮੱਝ ਕਹਿ ਲਓ, ਇਵੇਂ ਕਿ ਨਹੀਂ ਬੁੱਚੀ। ਬੜੇ ਸ਼ੌਂਕ ਨਾਲ ਮੁੜ ਬੰਦੇ ਆਖਦੇ ਨੇ ਜੀ ਬੁੱਚੀ, ਮੈਂ ਖੜੋ ਜਾ, ਥੋੜ੍ਹਾ ਕੈਮਰੇ ਤੋਂ ਘਾਬਰਦੀ ਪਈ ਹੈ। ਬਸ ਇੱਥੇ ਬੜੇ ਠੱਲੇ ਨਾ ਯਾਰ ਚੈੱਕ ਕਰਾਉਣ ਦੇ, ਬੁੱਚੀ ਮੱਝ ਹੀ ਕਹਿੰਦੇ ਨੇ। ਅੱਗੋਂ ਲੱਖ ਤੇ ਲਾਵੀ ਮੈਨੂੰ ਲਿਬਾਸ ਵਾਣ ਦੇ, ਮਾਸ਼ਾਅੱਲਾ ਸੋਹਣਾ ਲਿਬਾਸ ਹੈ ਜੀ। ਇਹ ਘੱਡੀ ਦੇ ਵਿੱਚ ਬੜੀ ਖੂਬਸੂਰਤ ਥਣਾਂ ਦੀ ਵੰਡ ਛੰਡ ਬੜੀ ਸੋਹਣੀ ਹੈ। ਦੇਖੋ ਜੀ ਜਿਹੜੀਆਂ ਚੀਜ਼ਾਂ ਨੇ ਇਨਸ਼ਾਅੱਲਾ ਤਾਲਾ ਵਿੱਚ ਵਾਧਿਆ, ਪੁਸ਼ਲ ਥੋੜ੍ਹਾ ਜਿਹਾ ਛੋਟਾ, ਬਕਾਇਆ ਸੋਹਣੀ ਥਣਾਂ ਦੀ ਵੰਡ, ਬਿਲਕੁਲ ਧੁੰਨੀ ਕੋੜੀ ਜਨਾਬ, ਕੋੜੀ ਬਿਲਕੁਲ ਧੁੰਨੀ ਹੈ ਹੀ ਨਹੀਂ। ਇਨਸ਼ਾਅੱਲਾ ਤਾਲਾ ਜਿਹੜੀ ਚੀਜ਼ ਵੀ ਇਹ ਵਾਧਿਆ ਵਿੱਚ ਚੈੱਕ ਕਰਾਵਾਂਗੇ, ਬਕਾਇਆ ਸੋਹਣਾ ਟੁਰਨ ਫਿਰਨੇ। ਅਤੇ ਭਾਈ ਆਪਣਾ ਮਜ਼ਰ ਆ ਜਾਓ। ਅੱਛਾ ਨਾਲ ਹੋਵੋ, ਤੁਹਾਡੇ ਨਾਲ ਇਹਦੀ ਵੀ ਗੱਲ ਛੱਲ ਕਰੀਏ। ਬਕਾਇਆ ਥਣਾਂ ਦੀ ਜਨਾਬ ਲੋਕੇਸ਼ਨ, ਥਣ ਆਪੋ ਆਪ ਸੋਹਣੇ ਵਿਰਲਾਂ ਦੇ ਵਿੱਚ। ਅਤੇ ਅਸਲਾਮ ਵਾਲੇਕਮ। ਵਾਲੇਕਮ ਸਲਾਮ ਜੀ। ਭਾਈ ਇਹ ਇਹਦੇ ਥੱਲੇ ਕਿਹੜਾ ਜਾ ਹੈ? ਇਹਦੇ ਥੱਲੇ ਆ ਕੱਟਾ ਜੀ। ਅੱਛਾ ਭਾਈ ਮਜ਼ਰ ਕਿਨਵਾ ਵਾਰਾ ਸੂਈ ਬੋਲੋ? ਦੂਸਰਾ ਸੂ ਰਹੀ ਹੈ। ਦੂਸਰਾ ਸੂਈ? ਹਾਂਜੀ ਇਹ ਵੀ ਦੂਸਰਾ ਸੂ ਆ। ਕਿੰਨੇ ਦਿਨਾਂ ਦੀ ਸੂਈ ਹੋਈ ਹੈ ਜੀ? ਹੋ ਗਿਆ ਸਨ ਕੋਈ 8-1 ਦੇ ਜੀ। 8-1 ਦੇ ਸੂਈ ਨੂੰ ਹੋ ਗਿਆ ਨੇ? ਅੱਛਾ ਤੇ ਕੀ ਇਹਦਾ ਹਿਸਾਬ ਕਿਤਾਬ ਹੈ, ਕਿੰਨਾ ਕੁ ਮੱਝ ਕੋਲੇ ਦੁੱਧ ਹੈਗਾ ਇਸ ਟਾਈਮ? 16 ਗੱਡਵੀਆਂ ਸਾਰੇ ਕੋਲ ਦੋਵਾਂ ਟਾਈਮਾਂ ਦਾ। ਭਾਈ ਮਜ਼ਰ 16 ਲੀਟਰ ਚੋਹ ਲੈਣੀ, ਦੋ ਟਾਈਮ ਚੋਹ ਕੇ ਆਪਾਂ ਕੋਈ ਝੂਠ ਨਹੀਂ ਮਾਰ ਕੇ ਦੇਣਾ ਡੰਗਰ। 16 ਲੀਟਰ ਦੁੱਧ ਬੜਾ ਹੈ, ਮੂੰਹ ਨਾਲ ਕਹਿਣਾ 16 ਦੀ ਉਸੀ 16 ਹੀ ਉਸੀ? ਹਾਂਜੀ ਇਨਸ਼ਾਅੱਲਾ ਤਾਲਾ, ਤੁਹਾਡੀ ਗਰੰਟੀ ਹੈ? ਹਾਂ ਬਿਲਕੁਲ, ਦੋ ਟਾਈਮ ਚੋਹ ਕੇ ਦੇਵਾਂਗੇ ਜੀ। ਦੋ ਟਾਈਮ ਚਵਾ ਕੇ ਦਿਓਗੇ 16 ਲੀਟਰ ਦੁੱਧ? ਹਾਂਜੀ ਬਿਲਕੁਲ ਜੀ, ਸਾਰੀ ਹੇਠ ਹੈ। ਅੱਛਾ ਬਾਕੀ ਮੇਰੇ ਭਰਾ ਖੁਦ ਕੈਮਰੇ ਚੈੱਕ ਕਰ ਰਹੇ ਨੇ ਝੋਟੀ, 16 ਲੀਟਰ ਥਣਾ ਛਣਾ ਦੀ ਕੇ ਜੀ? ਅੱਲਾ ਦੇ ਹੁਕਮ ਨੇ ਕੋਈ ਛੱਟਾ ਨਹੀਂ, ਕੋਈ ਫੁਆਰਾ ਨਹੀਂ, ਕੋਈ ਮਰੋੜੀ ਨਹੀਂ। ਚਵਾਈ ਚਵਾਈ ਚੋਹ ਲੈਣੀ ਹੈ, ਚਵਾਈ ਨਰਮ ਹੈ। ਹਾਂ ਅੱਲਾ ਦੇ ਹੁਕਮ ਨੇ ਆਵਾਜ਼ ਨੂੰ ਮੜਾ ਹੀ ਕਰਿਆ ਜੇ ਕੀ ਕਰਦੀ ਪਈ। ਬਕਾਇਆ ਜੀ ਭਾਈ ਮਦਰ ਨੇ ਆਵਾਜ਼ ਦਿੱਤੀ ਕਿ ਝੋਟੀ ਕੋਲੇ ਜਿਹੜਾ ਨਾ 16 ਲੀਟਰ ਦੁੱਧ ਦੇ। ਹਾਂਜੀ ਤੇ ਇਨਸ਼ਾਅੱਲਾ ਤਾਲਾ ਆਓ ਭਾਈ ਮਦਰ, ਨਾਲ ਹੀ ਇਹਦੇ ਖੜੇ ਹੋਵੋ, ਆਵਾਜ਼ ਦਿਓ ਕਿੰਨੇ ਕੀ ਇਹਦਾ ਡਿਮਾਂਡ ਹੈ ਦੱਸੋ। 280 ਮੰਗਣੇ ਆ ਜੀ। ਇਹਦਾ ਵੀ 280? ਹਾਂਜੀ ਤੇ ਬੱਕੇ ਗੱਲ ਤੇਰੇ ਵਾਸਤੇ 260 ਦੀ ਹੋ ਜਾਸੀ। 260 ਦੀ? ਹਾਂਜੀ ਚਲੋ ਜੀ ਠੀਕ ਹੋ ਗਿਆ, ਯਾਨੀ ਕਿ ਡਿਮਾਂਡ 280 ਕਰਦੇ, 2,60,000 ਦੇ ਵਿੱਚ ਦਿਓਗੇ ਝੋਟੀ ਤੁਹਾਨੂੰ ਦੇ ਦਵਾਂਗੇ। ਅੱਛਾ ਹਾਂਜੀ ਤੇ ਚਲੋ ਇਨਸ਼ਾਅੱਲਾ ਤਾਲਾ, ਵੇਖੋ ਜੀ ਭਰਾਵਾਂ ਲਈ ਮਿਹਨਤ ਕੋਸ਼ਿਸ਼ ਕਰਨੇ ਆ। ਬਕਾਇਆ ਸੋਹਣਾ ਮਾਸ਼ਾਅੱਲਾ ਲਿਬਾਸ ਹੈ, ਹਰ ਚੀਜ਼ ਵਿੱਚ ਕੈਮਰੇ ਦੇ ਵਾਧ ਆ, ਤੁਸੀਂ ਵੀ ਚੈੱਕ ਕਰ ਰਹੇ ਜੇ ਬਿਲਕੁਲ ਕਲੀਅਰ। ਨਦੀਮ ਟੁਰਨ ਦੇ ਮੈਨੂੰ ਮਾੜਾ ਜਾ, ਤੇ
ਇਸ ਨਾਲ ਹੀ ਰਾਏ ਸਾਕਬ ਅਲੀ ਨੂੰ ਇਜਾਜ਼ਤ ਦਿਓ, ਇੱਕ ਲਾਜਵਾਬ ਵੀਡੀਓ ਨਾਲ ਹਾਜ਼ਰ ਹੋਵਾਂਗੇ ਇਨਸ਼ਾਅੱਲਾ ਤਾਲਾ। ਅੱਲਾ ਹਾਫਿਜ਼ ਜੀ।